ਇੱਕ ਨਿਊ ਮੈਡੀਕਲ ਹਾਲ ਹੈ ਫਰੀਦਕੋਟ 'ਚ, ਇਹਨਾਂ ਨੂੰ ਇੱਕ ਥ੍ਰੈਟ ਲੈਟਰ ਆਈ ਸੀ 20 ਨਵੰਬਰ ਨੂੰ, ਜਿਹਦੇ ਬਾਰੇ ਇਹ ਕੱਲ੍ਹ ਦੱਸਿਆ ਗਿਆ ਸਾਨੂੰ, ਜਿਹਦੇ 'ਤੇ ਇੱਕ FIR ਦਰਜ ਕੀਤੀ ਗਈ 261 ਨੰਬਰ ਸਿਟੀ ਫਰੀਦਕੋਟ 'ਚ ਅੰਡਰ ਸੈਕਸ਼ਨ 386, 387 ਅਤੇ 506। ਜਦੋਂ ਇਹਦੀ ਤਫਤੀਸ਼ ਕੀਤੀ ਗਈ ਤਾਂ ਆਪਣੇ ਸੋਰਸ ਲਗਾਏ ਗਏ ਪਿਓਰਲੀ ਥਰੂ ਹਿਊਮਨ ਇੰਟੈਲੀਜੈਂਸ, ਅਸੀਂ ਇਹ ਕੇਸ ਨੂੰ ਕ੍ਰੈਕ ਕੀਤਾ ਅਤੇ ਦੋ ਬੰਦੇ ਜਿਹੜੇ ਕਿ ਅੱਜ ਕੋਸ਼ਿਸ਼ ਕਰ ਰਹੇ ਸੀ ਕਿ ਬੱਸ 'ਤੇ ਚੜ੍ਹ ਜਾਣ ਸਦਰ ਥਾਣੇ ਦੇ ਨੇੜਿਓਂ, ਉਹਨਾਂ ਨੂੰ ਅਸੀਂ ਅਰੈਸਟ ਕੀਤਾ। ਇਹਨਾਂ ਦੇ ਨਾਮ ਨੇ ਆਕਾਸ਼ਦੀਪ ਅਤੇ ਸਿਕੰਦਰ ਸਿੰਘ, ਇਹ ਦੋਨੋਂ ਡੋਗਰ ਬਸਤੀ ਦੇ ਰਹਿਣ ਵਾਲੇ, ਏਜ ਇਹਨਾਂ ਦੋਵਾਂ ਦੀ ਅਰਾਊਂਡ 30 ਹੈ, ਅਤੇ ਇਹਨਾਂ ਨੇ ਜਿਹੜੀ ਚਿੱਠੀ ਲਿਖੀ ਸੀ ਉਹਦੇ ਵਿੱਚ 5 ਲੱਖ ਦੀ ਡਿਮਾਂਡ ਕੀਤੀ ਸੀ ਅਤੇ ਥ੍ਰੈਟ ਕੀਤਾ ਸੀ ਕਿ ਜੇ ਇਹਨਾਂ ਦੀ ਡਿਮਾਂਡ ਪੂਰੀ ਨਾ ਕੀਤੀ ਗਈ ਤਾਂ ਪਰਿਵਾਰ ਦੇ ਕਿਸੇ ਬੰਦੇ ਦਾ ਨੁਕਸਾਨ ਕੀਤਾ ਜਾਵੇਗਾ। ਜੇਕਰ ਤੁਹਾਨੂੰ ਵੀ ਇਹ ਵੀਡੀਓ ਪਸੰਦ ਆਈ ਤਾਂ ਤੁਸੀਂ ਇਸਨੂੰ ਲਾਈਕ ਕਰ ਸਕਦੇ ਹੋ, ਸ਼ੇਅਰ ਕਰ ਸਕਦੇ ਹੋ ਅਤੇ ਨਵੀਂ ਅਪਡੇਟ ਲਈ ਸਬਸਕ੍ਰਾਈਬ ਕਰਨਾ ਨਾ ਭੁੱਲਣਾ। ਧੰਨਵਾਦ।